ਲੁਧਿਆਣੇ ਦੇ ਵਿੱਚ ਸਵੇਰੇ ਮੀਂਹ ਪੈਣ ਦੇ ਨਾਲ ਮੌਸਮ ਦੇ ਵਿੱਚ ਵੱਡੀ ਤਬਦੀਲੀ ਵੇਖੀ ਗਈ। ਅੱਜ ਵੀਰਵਾਰ ਵਾਲੇ ਦਿਨ ਸਵੇਰੇ 5:30 ਤੋਂ ਲੈ ਕੇ ਲਗਭਗ 8:30-9 ਵਜੇ ਤੱਕ 3-4 ਘੰਟੇ ਕਾਫੀ ਜਿਹੜਾ ਮੀਂਹ ਹੈ ਉਹ ਪਿਆ, ਉਸਦੇ ਨਾਲ ਤਾਪਮਾਨ ਕਾਫੀ ਡਿੱਗ ਪਿਆ, ਯਾਨੀ 35 ਡਿਗਰੀ ਤੱਕ ਤਾਪਮਾਨ ਜਿਹੜਾ ਪੁੱਜ ਗਿਆ। ਇਸਦੇ ਨਾਲ ਲੋਕਾਂ ਨੂੰ ਕਾਫੀ ਗਰਮੀ ਤੋਂ ਰਾਹਤ ਜਿਹੜੀ ਹੈ ਉਹ ਜ਼ਰੂਰ ਮਿਲੀ ਹੈ, ਜਿਹਦੇ ਕਰਕੇ ਲੋਕੀ ਆਪਦੇ ਘਰੋਂ ਤੋਂ ਬਾਹਰ ਵੀ ਨਿਕਲੇ ਅਤੇ ਮੌਸਮ ਦਾ ਆਨੰਦ ਮਾਣਦੇ ਵੇਖੇ ਗਏ ਤੇ ਬਾਹਰਲੀਆਂ ਥਾਵਾਂ ਤੇ ਜਾ ਕੇ ਲੋਕਾਂ ਨੇ ਉੱਥੇ ਇੰਜੋਏ ਕੀਤਾ, ਕਿਉਂਕਿ ਧੁੱਪ ਦੇ ਕਾਰਨ ਲੋਕੀ ਘਰੋਂ ਤਾਂ ਬਾਹਰ ਨਿਕਲਦੇ ਸੀ ਲੇਕਿਨ ਏਸੀ ਮਾਲਸ ਜਾਂ ਇਨਡੋਰਸ ਦੇ ਵਿੱਚ ਹੀ ਜਾਂਦੇ ਸੀਗੇ, ਲੇਕਿਨ ਇਸ ਵਾਰੀ ਲੋਕੀ ਜਿਹੜਾ ਆਊਟਡੋਰਸ ਦੇ ਵਿੱਚ ਦਿਖੇ, ਕਿਉਂਕਿ ਮੌਸਮ ਦੇ ਵਿੱਚ ਭਾਰੀ ਤਬਦੀਲੀ ਹੋਈ ਹੈ, ਮੌਸਮ ਜਿਹੜਾ ਹੈ ਗਰਮੀ ਤੋਂ ਨਿਜਾਤ ਜਿਹੜੀ ਹੈ ਉਹ ਮਿਲੀ ਹੈ ਤੇ ਜਿਹੜਾ 40-45 ਡਿਗਰੀ ਟੈਂਪਰੇਚਰ ਚੱਲ ਰਿਹਾ ਸੀ ਉਹ 35 ਡਿਗਰੀ ਤੱਕ ਆ ਕੇ ਡਿੱਗ ਗਿਆ। ਇਸ ਦੇ ਨਾਲ ਲੁਧਿਆਣਾ ਵਾਲੇ ਕਾਫੀ ਜ਼ਿਆਦਾ ਖੁਸ਼ ਸੀਗੇ, ਲੇਕਿਨ ਦੂਜੇ ਪਾਸੇ ਪੁਰਾਣੇ ਲੁਧਿਆਣੇ ਦੀ ਗੱਲ ਕਰੀਏ ਤਾਂ ਉੱਥੇ ਕਾਫੀ ਜ਼ਿਆਦਾ ਪਾਣੀ ਭਰ ਗਿਆ। ਅਗਰ ਓਲਡ ਏਰੀਆਜ਼ ਦੀ ਗੱਲ ਕਰੀਏ, ਇੰਡਸਟਰੀਅਲ ਏਰੀਆ ਟੰਡਾਰੀ ਕਲਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਪਾਣੀ ਭਰ ਗਿਆ, ਜਿਹਦੇ ਨਾਲ ਲੋਕਾਂ ਨੂੰ ਕਾਫੀ ਤਕਲੀਫ ਹੋਈ। ਸਮਰਾਲਾ ਚੌਂਕ, ਪੁਰਾਣਾ ਸ਼ਹਿਰ, ਬੁੱਢਾ ਦਰਿਆ ਦੇ ਨੇੜੇ ਇਲਾਕੇ, ਹੋਰਨਾਂ ਇਲਾਕਿਆਂ ਤੋਂ ਵੀ ਇਦਾਂ ਦੀਆਂ ਰਿਪੋਰਟਾਂ ਆਈਆਂ ਜਿੱਥੇ ਪਾਣੀ ਭਰਨ ਦੀ ਜਿਹੜੀਆਂ ਗੱਲਾਂ ਨੇ, ਵਾਟਰ ਲੌਗਿੰਗ ਦੀਆਂ ਪ੍ਰੋਬਲਮਸ ਫੇਸ ਕੀਤੀਆਂ ਲੋਕਾਂ ਨੇ। ਇਸ ਤੋਂ ਇਲਾਵਾ ਕਾਫੀ ਦੇਰ ਜਿਹੜੀ ਹੈ ਬਿਜਲੀ ਚਲੀ ਗਈ, ਸਵੇਰੇ 6 ਵਜੇ ਤੋਂ ਲੈ ਕੇ ਜਿਹੜੀ ਬਿਜਲੀ ਹੈ ਦੁਪਹਿਰ ਤੱਕ ਕਾਫੀ ਥਾਵਾਂ ਤੇ ਬੰਦ ਰਹੀ। ਇਸ ਦੇ ਨਾਲ ਲੋਕਾਂ ਨੂੰ ਕਾਫੀ ਔਖਿਆਈ ਦਾ ਸਾਹਮਣਾ ਕਰਨਾ ਪਿਆ ਤੇ ਸਵੇਰ ਤੋਂ ਬਿਜਲੀ ਦੇ ਪਾਣੀ ਨਾ ਹੋਣ ਕਾਰਨ ਲੋਕੀ ਕਾਫੀ ਜ਼ਿਆਦਾ ਪਰੇਸ਼ਾਨ ਰਹੇ। ਕਾਫੀ ਲੰਮਾ ਪਾਵਰ ਕੱਟ ਰਿਹਾ ਜਿਹੜਾ ਕਿ ਸਵੇਰੇ ਲਗਭਗ 6 ਵਜੇ ਤੋਂ ਬਿਜਲੀ ਚਲੀ ਗਈ ਤੇ ਕਈ ਥਾਵਾਂ ਤੇ ਸ਼ਾਮੀ ਜਾ ਕੇ ਆਈ ਤੇ ਕਈ ਥਾਵਾਂ ਤੇ ਦੁਪਹਿਰ ਦੇ ਵਿੱਚ ਜਿਹੜਾ ਹੈ ਬਿਜਲੀ ਵਾਪਸ ਆਈ ਤੇ ਇਹਦੇ ਕਰਕੇ ਪਾਣੀ ਦੀਆਂ ਮੋਟਰਾਂ ਵੀ ਨਹੀਂ ਚੱਲ ਸਕੀਆਂ ਤੇ ਪਾਣੀ ਵੀ ਜਿਹੜਾ ਹੈ ਉਹ ਲੋਕੀ ਉਸਦੀ ਵਰਤੋਂ ਨਹੀਂ ਕਰ ਸਕੇ ਤੇ ਆਪਦੀ ਮੋਟਰਾਂ ਨਾ ਚਲਾ ਕੇ ਟੈਂਕੀਆਂ ਦੇ ਵਿੱਚ ਪਾਣੀ ਨਾ ਭਰ ਸਕੇ ਤੇ ਪਾਣੀ ਦੀ ਕਿੱਲਤ ਵੀ ਮਹਿਸੂਸ ਕੀਤੀ ਗਈ। ਪ੍ਰਸ਼ਾਸਨ ਦੇ ਜਿਹੜੇ ਦਾਅਵੇ ਨੇ ਕਿ ਮੌਨਸੂਨ ਦੇ ਲਈ ਪ੍ਰਸ਼ਾਸਨ ਤਿਆਰ ਹੈ ਤੇ ਉਹਨਾਂ ਦੀ ਤਿਆਰੀ ਦੇ ਉੱਪਰ ਵੀ ਪ੍ਰਸ਼ਨ ਚਿੰਨ੍ਹ ਜ਼ਰੂਰ ਜਿਹੜੇ ਖੜੇ ਹੋਏ ਨੇ। ਲੋਕਾਂ ਨੇ ਇੰਨੀ ਤਿਆਰੀ ਦੇ ਉੱਪਰ ਜਿਹੜਾ ਹੈ ਸਵਾਲ ਚੁੱਕੇ ਨੇ ਤੇ ਆਖਿਆ ਹੈ ਕਿ ਹਜੇ ਤਾਂ ਮੀਂਹ ਥੋੜਾ ਹੀ ਬਹੁਤ ਹੀ ਪਿਆ ਹੈ, ਪ੍ਰੀ ਮੌਨਸੂਨ ਸ਼ਾਵਰ ਆਇਆ, ਜਦੋਂ ਪੂਰਨ ਤੌਰ ਤੇ ਮੌਨਸੂਨ ਆਵੇਗਾ ਤਾਂ ਕੀ ਹਾਲ ਹੋਵੇਗਾ, ਕਿਉਂਕਿ ਬੁੱਢਾ ਦਰਿਆ ਦੇ ਕੰਢੇ ਦੇ ਉੱਪਰ ਕੁਝ ਏਰੀਆਜ਼ ਦੇ ਵਿੱਚ ਪਾਣੀ ਜਿਹੜਾ ਹੈ ਉਹਨਾਂ ਮੁਹੱਲਿਆਂ ਦੇ ਵਿੱਚ ਵੀ ਆ ਗਿਆ। ਇੰਡਸਟਰੀਅਲ ਏਰੀਆ ਜਿਹੜਾ ਟੰਡਾਰੀ ਕਲਾਂ ਹੈ ਉੱਥੇ ਤੁਹਾਨੂੰ ਦੱਸਿਆ ਕਿ ਉੱਥੇ ਵੀ ਜਿਹੜਾ ਹੈ ਸੀਵਰੇਜ ਦਾ ਪਾਣੀ ਜਿਹੜਾ ਬਾਹਰ ਆ ਗਿਆ, ਉੱਥੇ ਵੀ ਜਿਹੜੀ ਸੜਕਾਂ ਨੇ ਪਾਣੀ ਨਾਲ ਭਰ ਗਈਆਂ। ਸਮਰਾਲਾ ਚੌਂਕ ਸਨੇ ਹੋਰ ਵੀ ਪੁਰਾਣਾ ਇਲਾਕਾ ਲੁਧਿਆਣੇ ਦਾ ਕਾਫੀ ਜ਼ਿਆਦਾ ਜਿਹੜਾ ਹੈ ਪਾਣੀ ਨਾਲ ਭਰ ਗਿਆ ਤੇ ਪਾਵਰ ਕੱਟ ਦੇ ਨਾਲ ਨਾਲ ਪਾਣੀ ਦੀ ਸ਼ੋਰਟੇਜ ਤੇ ਸੜਕਾਂ ਤੇ ਜਿਹੜਾ ਪਾਣੀ ਭਰਿਆ ਉਹਦੇ ਨਾਲ ਲੋਕੀ ਪਰੇਸ਼ਾਨ ਰਹੇ, ਲੇਕਿਨ ਕੁਝ ਲੋਕਾਂ ਨੇ ਮੌਸਮ ਨੂੰ ਇੰਜੋਏ ਵੀ ਕੀਤਾ ਕਿਉਂਕਿ ਤਾਪਮਾਨ ਜਿਹੜਾ ਹੈ ਕਾਫੀ ਜ਼ਿਆਦਾ ਥੱਲੇ ਆ ਗਿਆ, ਜਿਹਦੇ ਕਰਕੇ ਲੋਕੀ ਜਿਹੜਾ ਹੈ ਘਰੋਂ ਬਾਹਰ ਨਿਕਲੇ ਤੇ ਸਿਰਫ ਇਨਡੋਰ ਸਪੇਸਿਸ ਦੇ ਵਿੱਚ ਨਹੀਂ ਬਲਕਿ ਆਊਟਡੋਰ ਏਰੀਆਜ਼ ਦੇ ਵਿੱਚ ਵੀ ਆਨੰਦ ਮਾਣਦੇ ਦਿਖੇ ਮੌਸਮ ਦਾ।